चौन साहब मझ नूं टीका ला के झोलदे, मझ ने कि दूसर पाई हुंदी आ उहनूं टीका ला के झोलदे, उह सीधा नहीं साडे वाला जांदा सा भज के सारे ही इह टीके लांदे आ जी। ਅਸੀਂ ਜਾਫੀ ਆ ਭਾਈ, ਸਾਡੀ ਕੋਈ ਨਹੀਂ ਸੁਣਦਾ। ਕਿਉਂ ਸਾਈਆਂ ਦੀ ਮਾਂਗ? ਸਾਈਆਂ ਦੀ ਸੁਣਦਾ, ਅਸੀਂ ਤਾਂ ਕੌਡੀ ਚ ਕੰਮੀ ਆ, ਸਾਡੀ ਕੋਈ ਗੱਲਬਾਤ ਨਹੀਂ ਸੁਣਦਾ। ਅਸੀਂ ਬਥੇਰਾ ਕਹੀਦਾ, ਬਥੇਰਾ ਪਿੱਟੀ ਦਾ, ਸੁਣਦਾ ਹੀ ਕੋਈ ਨਹੀਂ। ਅਸੀਂ ਕਰੀਏ ਹੁਣ ਕਿੱਧਰ ਨੂੰ ਗਿਆ ਸਾਹ? ਇੱਧਰ ਨੂੰ ਗਿਆ, ਤੁਹਾਡੇ ਵੱਲ ਵੇਖ ਕੇ ਨੱਸਿਆ। ਮੈਂ ਸਾਹ ਨੂੰ ਕੀ ਕਹਿਣਾ ਸੀਗਾ? ਪਤਾ ਨੀ, ਉਹ ਕਹਿੰਦੇ ਰੋਜ਼ ਆਏ ਨੇ ਵੀਡੀਓ ਬਣਾਉਣ ਵਾਲੇ, ਤਾਂ ਕਰਕੇ ਨੱਸੇ। ਲਾ ਲੈਣੇ ਕੋਈ ਹਿਸਾਬ ਹੁਣ। ਕਿੱਧਰ ਗਏ ਸੈਲੋ ਸਾਹ ਜੀ? ਕਿੱਧਰ? ਹੋਰ ਬਾਈ ਸੁਣਾਓ, ਹੁਣੇ ਆਏ? ਹੁਣੇ ਆਏ ਆ ਭਾਜੀ। ਜੀ ਜਬ ਜਬ ਬੜਾ ਆਈ ਆ, ਮੱਖਣਾ ਕੰਨ ਫੜ ਲਾ ਇੱਥੇ, ਇੱਥੇ ਕੰਨ ਫੜ ਲਾ। ਆਹ ਸੋਟੀ ਲਿਆਈ ਕੋਈ ਭਾਈ, ਕੰਨ ਫੜ ਲਾ, ਕੰਨ ਫੜ ਲਾ ਇੱਥੇ, ਤੂੰ ਵੀ ਫੜ ਇੱਥੇ। ਇਹਨਾਂ ਨੇ ਦੱਸਿਆ ਕਿਸੇ ਨੇ? ਮੈਂ ਉਦਾਂ ਹੀ ਸਹੀ ਗੱਲ ਆ ਗਿਆ ਸੀ ਭਾਜੀ, ਕੋਈ ਗੱਲ ਨਹੀਂ ਸੀ। ਚੱਲ ਛੱਡ ਦੋ, ਛੱਡ ਦੋ ਯਾਰ, ਛੱਡ ਦੋ, ਇਹਨੂੰ ਕਿਸੇ ਹੋਰ ਨੂੰ ਵੀ ਦੱਸ ਦਿਓ। ਹੋਰ ਭਾਜੀ ਸੁਣਾਓ, ਸਿਹਤ ਠੀਕ ਆ? ਉਹ ਮੈਂ ਉਦਾਂ ਹੀ ਗਿਆ ਸੀ, ਗੁੱਸਾ ਨਾ ਕਰਿਓ ਭਰਾਵੋ। ਹੋਰ ਸੁਣਾਓ ਭਾਜੀ, ਜਾ ਚਾਹ ਲੈ ਕੇ ਆਓ ਯਾਰ। ਭਾਜੀ ਪਹਿਲੇ ਤਾਂ ਦੱਸੋ ਵੀ ਤੁਸੀਂ ਦੌੜੇ ਕਿੱਥੇ ਸੀਗੇ, ਕਾਹਤੋਂ ਦੌੜੇ ਸੀਗੇ? ਯਾਰ ਓਦਾਂ ਹੀ ਭਾਜੀ, ਵੈਸੇ ਮੈਂ ਤਾਂ ਗਿਆ ਸੀ ਉੱਧਰ ਨੂੰ। ਨਹੀਂ ਵੈਸੇ ਨੀ ਤੁਸੀਂ ਗਿਆ, ਤੁਸੀਂ ਦੱਸੋ, ਤੁਹਾਨੂੰ ਕੋਈ ਤਾਂ ਮਜ਼ਾ ਆਉਣੀ ਹੈ ਨਾ। ਅਸੀਂ ਉੱਥੇ ਜਦੋਂ ਲਿੱਥੇ ਆ ਨਾ, ਉਹ ਪੁਲ ਤੋਂ ਆ ਜਿਹੜੇ ਪੁਲ ਤੋਂ ਇੱਧਰ ਆਏ ਆ, ਵੀ ਤੁਸੀਂ ਦੇਖਿਆ ਵੀ ਪਤਾ ਨੀ ਕਿਹੜੇ ਬੰਦੇ ਆ ਗਏ, ਤੁਸੀਂ ਨਿਕਲੇ। ਉਹ ਮੇਰੀ ਤਾਂ ਕੁਦਰਤੀ ਉਧਰ ਨੂੰ ਧਿਆਨ ਪੈ ਗਈ ਵੀ ਤੁਸੀਂ ਆਣ ਡੇ, ਮੈਂ ਕਿਹਾ ਜਦੋਂ ਸਾਈਡ ਮਾਰ ਜਾਂਦੇ ਆ। ਨਹੀਂ ਗੱਲ ਕੀ ਹੋਈ, ਬੰਦਿਆਂ ਮੇਰੇ ਨੇ ਮੁਕਬਰੀ ਦੇਤੀ ਪੱਕੀ ਤੁਹਾਨੂੰ। ਮੈਂ ਕਿਹਾ ਜੇ ਇੱਥੇ ਵੇਖ ਕੇ ਮੁੜ ਜਾਣਗੇ, ਮੈਨੂੰ ਨੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹਨਾਂ ਦੱਸ ਦੇਣਾ ਭਾਜੀ। ਮੈਂ ਤਾਂ ਵੜਨਾ ਕਮਾਦ ਨੂੰ ਪਰੇ, ਜਿੱਦਣ ਤੁਹਾਡੀ ਵੀਡੀਓ ਲੈਣਾ ਗਈ ਤੇ ਮੇਰੀ ਮਾੜੀ ਆ ਜਾਣੀ ਹੈ ਯੂਟਿਊਬ ਤੇ, ਤੁਹਾਨੂੰ ਨੀ ਪਤਾ ਆਵਾਮ ਕੀ ਕਰਦੀ। ਬਹਿ ਜਾਓ ਭਾਜੀ। ਹੋਰ ਕਿੱਦਾਂ ਸਾਰੇ ਭਰਾ ਆਪਣੇ ਯੂਟਿਊਬ ਵਾਲੇ ਸਾਰੇ ਠੀਕ ਠਾਕ? ਚਲੋ ਅੱਲਾ ਪਾਕ ਖਿਆਲ ਕਰੇ, ਉਮੀਦ ਕਰਦਾ ਸਾਰੇ ਠੀਕ ਹੋਣਗੇ। ਵੈਸੇ ਡਾਜ ਜੀ ਮਾਰੀ ਸੀ ਮਾੜੀ ਜੀ, ਮੈਂ ਕਿਹਾ ਅੱਜ ਬਾਰਿਸ਼ ਬੁਰਿਸ਼ ਪਈ ਆ, ਚਲੋ ਰਹਿਣ ਦਿੰਦੇ ਅੱਜ, ਆ ਗੋਡਾ ਚੈੱਕ ਕਰਦੇ ਆ। ਆਹੋ, ਉਹ ਤਾਂ ਮੈਂ ਵੈਸੇ ਗੋਡਾ ਚੈੱਕ ਕਰਨ ਗਿਆ ਸੀ, ਬੰਦਿਆਂ ਨੇ ਮੁਕਬਰੀ ਦੇ ਦਿੱਤੀ ਪੱਕੀ, ਇਹਨਾਂ ਦੇ ਹੁਣ ਯਕੀਨ ਯਕੂਨ ਕੋਈ ਨਹੀਂ ਰਿਹਾ। ਆ ਕਿਹੜੇ ਕਿਹੜੇ? ਆ ਤਿੰਨ ਮੀਆਂ ਮੱਖਣਾ, ਅਫਰਾਦ ਖਾਨ ਆ ਜੀ, ਆ ਦੋ ਆਪਣੇ ਪੱਠੇ ਆ, ਰੰਧਾਵਾ ਸਾਹਿਬ ਠੀਕ ਆ ਜੀ, ਆ ਨਵਾਂ ਯੰਗ ਸਟਾਰ ਮੁੰਡਾ ਉੱਠਣ ਡਿਆ, ਬੜਾ ਚੰਗਾ ਰੇਡਰ ਆਲਾ ਪਾ ਕੇ ਸਲਾਮਤ ਰੱਖੇ, ਖਾਨ ਸਾਹਿਬ ਦਾ ਸ਼ਗਿਰਦ ਆ ਜੀ, ਸਾਡੇ ਕੋਚ ਸਾਹਿਬ ਨੇ ਜੀ। ਅੱਛਾ, ਮੈਂ ਅੱਜ ਕੋਚਾਂ ਦੀ ਵੀ ਆਪਸ 'ਚ ਬੜੀ ਲੱਗਦੀ ਆ। ਅੱਛਾ ਜੀ, ਉਹ ਬੱਲੇ ਅੱਲਾ ਦੀ ਕਸਮ ਹੈ, ਕਿਤੇ ਇੱਕ ਦੂਏ ਦੀ ਲੱਗਦੀ ਨਾ ਦੀ। ਕਿਹੜੇ ਕਿਹੜੇ ਕੋਚ? ਹੈਂ, ਕਿਹੜੇ ਕਿਹੜੇ ਕੋਚ ਦੀ? ਉਹ ਵੱਡਿਆਂ ਦੀ ਨਹੀਂ, ਵੱਡਿਆਂ ਦਾ ਤੁਹਾਨੂੰ ਪਤਾ, ਜਿਹੜੇ ਇੱਥੇ ਬੈਠੇ ਆ ਨਿੱਕੇ ਨਿੱਕੇ ਕੋਚ ਆ ਨਾ ਜਿਹੜੇ, ਯਕੀਨ ਮੰਨੇ ਇੰਜ ਵੱਜਦੇ ਇੱਕ ਦੂਏ ਨੂੰ ਟੰਗ ਜਾ ਕੇ। ਚਲੋ ਜੀ, ਅੱਲਾ ਖੈਰ ਕਰੇ ਭਾਜੀ। ਹੋਰ ਸੁਣਾਓ ਭਾਜੀ, ਠੀਕ ਠਾਕ? ਉਹ ਨਾ ਭਾਜੀ, ਮੈਚਾਂ ਦੇ ਬਾਰੇ 'ਚ ਆਪਾਂ ਗੱਲ ਕਰ ਲੈਂਦੇ ਅੱਜ, ਹੈ ਨਾ। ਮੈਚ ਹੁਣ ਬਹੁਤ ਹੋਣ ਡਿਆ, ਆਪਣੇ ਸਿੰਗਲ ਮੈਚ ਜਿਹੜੇ ਆ, ਸ਼ੋ ਮੈਚ ਬੜੇ ਹੋਣ ਡਿਆ, ਜਾਂ ਚਾਰ ਕਲੱਬ ਜਾਂ ਦੋ ਕਲੱਬ ਮੈਚ ਹੋਣ ਡਏ ਆ। ਮਿਹਨਤ ਵੀ ਬੜੀ ਕਰਨ ਡਏ ਆ ਭਾਜੀ, ਸੁਬਹ ਸ਼ਾਮ ਕਰਨ ਡਏ ਮਿਹਨਤ। ਇੱਕ ਗੱਲ ਦੀ ਬੜੀ ਟੈਨਸ਼ਨ ਆ ਕਿ ਇੰਨੀ ਮਿਹਨਤ ਕਰਨ ਦਾ ਫਾਇਦਾ ਹੀ ਕੋਈ ਨਹੀਂ, ਜਦੋਂ ਫੜਨੀ ਕੋਈ ਸ਼ਾਇ ਨਹੀਂ।
फड़ हुंदी नहीं भाजी, वो वजह बाम दी, जिन्नी क बाम लगती है ना, तौबा तौबा ही अल्लाह की कसम है भाजी, बाम ला के उतो रेडर पानी ठोकी जाते, पानी लाई जाते, बेबा लाते पानी। तो जे कि सुक्का मैच हो सुक्का साइया ने ना कोई शायद लाई, उत्थे ही जफ्फे मार जाने, सही है जी, जफ्फे मार के आके घर जो लम्बे पै के सोची जाना भी उदो बंदा कहता भी नहीं नहीं फिट हाँ पूरे। अगले दिन मैच जाने उत्थे शेख दाली कोई नहीं फड़ हुंदी, तो बंदा सोचता भी रातों रातियां फिट हो गया मैं, वो बंदे नूं डोले भी अपने कमजोर कमजोर लगन लग पैंदे। नहीं तो तुसी जदों मैच हुंदा तुसी बयाना बयूना फड़ रहे हो, तुसी गल करिया करो ना कमेटी नाल यार, बाम नहीं लगन देनी, नैचुरल गेम करन, साई भी नैचुरल करन, असी भी नैचुरल करी दी है, असी जाफी हां भाई, साडी कोई नहीं सुनदा। क्यों साइयां दी मांग, साइयां दी सुनदा, असी तां कौडी च कमी आ, साडी कोई गलबात नहीं सुनदा, असी बथेरा कही दा बथेरा पिट्टी दा, सुनदा ही कोई नहीं, असी करिए हुण जे असी कही भाई तुहाडे नाल बाम लाई, कहिंदे तुहाडे नाल कहिड़ा लाई नहीं, असी फिर चुप कर जन्ने भाई भी लाई है, हाँ भी चलो कोई नहीं, चाह किसी धक्का धुक्का मारे कढ़ ही देवे बहार, आई यार फिर गाला भी सानू सारे ध्यान में बोलिया पैदा, रैफरी भी साड़ी नहीं सुनते, कमेटी भी साड़ी नहीं सुनती भाई, चौधरा साइया की कौडी है, साइया की रेडर की साड़ी कहदी कौटी है, थुक सिगड़ी लाई है भरावा जापियां ने, कड़े कड़े डोले कटे साढ़े जापियों ने फड़ दे जाकदारी कोई। कल का मैच कि रहा फिर, कल का मैच कल बहुत वधिया रहा भाजी मैच, कल दो जफे उन्होंने दूसरी टीम ने मारे, तीन साढ़े। अच्छा अच्छा, हाँ एक दो नंबर तो कुछ जीते, एक इन्हें मारे जी मैच, एक राशर का जफा वा, एक मेरा वा, एक गुलाम सिंह टोके का वा, हाँ टोके दो था, चार जफे। अच्छा अच्छा, फिर तो सही रह गए। अगले अपने मैच मूच की कोई अपने फैन दस दो भी, फलाने था मैच आ, मैच भाजी हूँ अपना अज की रैसट आ, कल दी कल सात तरीक मैं मारे खुशी जाना, मैं दसांगे कल शुक्र मिला दिखावांगे सारा, ते दूआ अपने 8 तरीक नूं इस्लामाबाद आ, 9 नूं इत्थे बुलाकी है मैच, मैच लगातार चली जाते हैं, 9-10 नूं फिर मैच, 11 नूं तां आलीशान दा मैच जिहड़ा हुण तुहाडे बैठे ही फोन आया सी, मैच बथेरे हुण चली जाते भाई, शुक्र अल्लाह दा खेडी जाने आ। ਉਹ ਬਾਕੀ ਮੋਢੇ ਬਾਰੇ ਤੁਹਾਡੇ ਬੰਦੇ ਪੁੱਛਦੇ ਆ ਕਮੈਂਟ ਦੇ ਵਿੱਚ, ਮੋਢਾ ਤੁਹਾਡਾ ਠੀਕ ਆ ਹੁਣ? ਭਾਜੀ ਮੇਰੇ ਨਾ ਮੋਢੇ ਤੇ ਇੰਜਰੀ ਹੋਈ ਸੀ ਆਪਣੇ ਜਦੋਂ ਆਰਮੀ ਚੈਂਪੀਅਨਸ਼ਿਪ ਖੇਡਣ ਦੇ ਸੀ, ਉਦੋਂ ਏਸ਼ੀਅਨ ਸਟਾਈਲ ਕਬੱਡੀ, ਇਹਦਾ ਨਾ ਵੀ ਦਰਦ ਜੋੜ ਨੂੰ ਬਹੁਤ ਜ਼ਿਆਦਾ ਜੋੜ ਹਿੱਲ ਗਿਆ ਸੀ, ਉਹ ਫਿਰ ਰੈਸਟ ਰੁਸਟ ਕੀਤੀ ਤਕਰੀਬਨ 1.5 ਮਹੀਨਾ ਰੈਸਟ ਕੀਤੀ ਆ, ਟ੍ਰੇਨਿੰਗ ਟਰੂਨਿੰਗ ਕੀਤੀ ਆ, ਫਿਰ ਠੀਕ ਹੋ ਗਿਆ ਸੀ, ਫਿਰ ਉਹ ਸਟੇਡੀਅਮ ਜਿਹੜਾ ਮੈਚ ਹੋਇਆ ਸੀ ਜਸ਼ਨ ਬਹਾਰਾਂ ਦਾ, ਉੱਥੇ ਫਿਰ ਲੱਗ ਗਈ ਸੱਟ, ਉੱਥੇ ਫਿਰ ਜੋੜ ਹਿੱਲ ਗਿਆ ਸੀ, ਹੁਣ ਮਾਸ਼ਾਅੱਲਾ ਠੀਕ ਆ, ਹੁਣ ਇਹ ਆ ਕਿ ਟ੍ਰੇਨਿੰਗਾਂ ਜਿੰਮ ਜਿੰਮ ਸਟਾਰਟ ਕੀਤੀ ਆ ਹੁਣ, ਅਤੇ ਜਿੰਮ ਦੇ ਵਿੱਚ ਜਾ ਕੇ ਮੋਢੇ ਦੀਆਂ ਟ੍ਰੇਨਿੰਗਾਂ ਕਰੀਦੀਆਂ ਆ, ਅਤੇ ਵਧੀਆ ਹੁਣ ਅੱਗੇ ਨਾਲੋਂ ਅੱਲਾ ਖਿਆਲ ਕਰੇ, ਹੁਣ ਇਹ ਆ ਕਿ ਦਰਦ ਕੱਢਦਾ ਹੈ ਪਰ ਤਕਰੀਬਨ 75% ਠੀਕ ਆ ਹੁਣ ਭਾਅ ਜੀ, ਅਤੇ ਗੁਜ਼ਾਰਾ ਕਰੀ ਜਾ ਰਹੇ ਤੁਸੀਂ ਫਿਲਹਾਲ, ਨਾ ਮੋਢੇ ਇੱਦਾਂ ਮੋਢੇ ਦੇ ਨਾਲ ਵੀ ਨਾ ਮੈਚ, ਹੁਣ ਕੌਡੀ ਵਾਲਾ ਕੀੜਾ ਨਹੀਂ ਖਲੋਣ ਦਾ ਸਾਨੂੰ, ਦਿਲ ਕਰ ਪੈਂਦਾ ਜਦੋਂ ਕੋਈ ਮੈਚ ਹੀ ਕਹਿ ਦਿੰਦਾ ਫਿਰ ਸਾਡਾ ਜਵਾਬ ਦੇਣ ਦਿਲ ਕਰਦਾ ਬੰਦਾ, ਆਹਦਾ ਚਲੋ ਖੇਡਾ ਨਹੀਂ ਯਾਰ ਫਿਰ ਕੀ ਆ, ਸਹੀ ਹੈ ਮਿਹਨਤ ਕਰਨ ਡੇ ਆ ਭਾਅ ਜੀ, ਹੁਣ ਠੀਕ ਆ ਅੱਲਾ ਪਾਕ ਖਿਆਲ ਕਰੇ, ਅਤੇ ਇਨਸ਼ਾਅੱਲਾ ਜਿੱਥੇ ਤੱਕ ਮੇਰੇ ਭਰਾਵਾਂ ਦੀਆਂ ਸੋਚਾਂ ਨਾ ਵੀ ਇੱਥੇ ਹੀ ਸਾਨੂੰ ਖੇਡੇ, ਉਸ ਤੇ ਖੇਡ ਕੇ ਦਿਖਾਵਾਂਗੇ ਅੱਲਾ ਦੇ ਹੁਣ ਫਿਰ, ਬਾਕੀ ਇੰਨਾ ਗੈਪ ਆ ਕੇ ਵੀ ਇਸ ਲੈਵਲ 'ਤੇ ਆਉਣਾ ਬੜਾ ਔਖਾ ਆ, ਜਦੋਂ ਇੱਕ ਬੰਦਾ ਬਚਪਨ ਤੋਂ ਕਬੱਡੀ ਸਟਾਰਟ ਕਰਦਾ ਨਾ ਭਾਅ ਜੀ, ਉਹ ਆਪਣੀ ਮਿਹਨਤ ਕਰਕੇ ਅੱਗੇ ਆ ਜਾਂਦਾ ਆ, ਇੱਕ ਬੰਦਾ ਇੰਨੇ ਦੁੱਖਾਂ 'ਚੋਂ ਅੱਗੇ ਗਿਆ ਹੋਵੇ ਨਾ, ਜਿੱਦਾਂ ਬੈਨ ਲੱਗ ਗਏ ਆ, ਮਹਿਕਮਾ ਤੋਂ ਵੀ ਦੂਰ ਹੋ ਗਏ, ਫਿਰ ਯਾਰ ਦੋਸਤ ਵੀ ਜਿਹੜੇ ਸਾਰੇ ਚਿਹਰੇ ਜਿਹੜੇ ਪਛਾਣ ਸਾਡੀ ਪਛਾਣ 'ਚ ਨਹੀਂ ਸੀ, ਉਹ ਵੀ ਪਰਾਂ ਹੋ ਗਏ ਹੈ ਨਾ, ਜਿਨ੍ਹਾਂ ਦੀ ਪਛਾਣ ਕਰਾਤੀ ਮਾੜੇ ਵਕਤ ਨੇ, ਉਹ ਫਿਰ ਇੱਦਾਂ ਦੇ ਕੋਈ ਯਾਰ ਕੋਈ ਹੁੰਦੀ ਆ ਜ਼ਿੰਦਗੀ ਦੇ ਵਿੱਚ, ਇੱਦਾਂ ਦੀਆਂ ਰੁਕਾਵਟਾਂ ਜਿਹੜੀਆਂ ਬੰਦੇ ਨੂੰ ਪਿੱਛੇ ਲੈ ਜਾਂਦੀਆਂ, ਹਰ ਬੰਦਾ ਇਹ ਤਾਂ ਨਹੀਂ ਹੁੰਦਾ ਵੀ ਉਹ ਗੰਦਾ ਹੀ ਹੁੰਦਾ ਜਾਂ ਤਾਂ ਪਿੱਛੇ ਜਾਂਦਾ ਆ, ਅਤੇ ਜਾਂ ਉਹਨੂੰ ਆਸ਼ਕੀ ਪਿੱਛੇ ਲੈ ਜਾਂਦੀ ਆ, ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ, ਬਾਕੀ ਮਿਹਨਤ ਕਰਨ ਡੇ ਅੱਲਾ ਖੈਰ ਕਰੇ, ਹੁਣ ਅੱਗੇ ਆਵਾਂਗੇ ਤਾਂ ਹੁਣ ਸਵਾਦ ਆਉਣਾ ਭਾਅ ਜੀ, ਜ਼ਿਹਨ 'ਚ ਇਹੀ ਆ ਵੀ ਹੁਣ ਉੱਠ ਕੇ ਦਿਖਾਉਣਾ ਵੀ ਹਾਂ ਅਸੀਂ ਉੱਠ ਪਏ ਹਾਂ, ਅੱਲਾ ਦੇ ਹੁਕਮ ਨਾਲ ਉੱਠ ਵੀ ਪਏ ਭਾਅ ਜੀ। ਤੇ ਭਾਅ ਜੀ ਉਹ ਨਾ ਖਬਰ ਆਉਣ ਡਈ ਆ ਸਵੇਰ ਦੀ ਅੱਜ, ਹਾਂਜੀ ਉਹ ਜੈਰੋ ਜਵੇਸ ਦਾ ਭਰਾ ਜਿਹੜਾ ਵਾ ਉਹ ਮਰ ਗਿਆ। ਓਏ ਹੋਏ ਭਾਅ ਜੀ, ਬਾਕੀ ਉਹਨਾਂ ਦੇਖੀ ਆ ਪੋਸਟ, ਉਹ ਬਹੁਤ ਮਾੜਾ ਹੋਇਆ ਭਾਅ ਜੀ, ਯੰਗ ਮੈਨ ਸੀ ਯਾਰ ਉਹ, ਵਧੀਆ ਬਹੁਤ ਵੱਡਾ ਪਲੇਅਰ ਸੀ, ਉਹਨੂੰ ਅਟੈਕ ਹੋਇਆ ਪਤਾ ਲੱਗਾ, ਹਾਂ ਤੇ ਉਹ ਬਹੁਤ ਉਹਦਾ ਬਹੁਤ ਦੁੱਖ ਲੱਗਾ ਭਾਅ ਜੀ।
ਕਬੱਡੀ ਇਹ ਅਟੈਕ ਕਾਤੋਂ ਹੁੰਦੇ ਭਾਜੀ ਇਹ ਜਵਾਨ ਮੁੰਡੇ ਅੱਜ ਕੱਲ ਉਹ ਯਾਰ ਭਾਜੀ ਐਵੇਂ ਹੁਣ ਅਸੀਂ ਕਹਿ ਦਈਏ ਫਲਾਨੀ ਸ਼ਾਇ ਨਾ ਫਲਾਨੀ ਸ਼ਾਇ ਨਾ ਬੰਦਾ ਮਰਿਆ ਇਹ ਤਾਂ ਗੱਲ ਵਾਜ਼ ਆ ਨਾ ਕਿ ਜਿੰਨੀ ਜ਼ਿੰਦਗੀ ਉਨੀ ਜੀਣੀ ਆ ਹਾਂਜੀ ਇਹ ਤਾਂ ਪਤਾ ਨਾ ਬਿਲਕੁਲ ਗੱਲਾਂ ਕਰਨ ਨੂੰ ਬੰਦੇ ਇਹ ਗੱਲ ਨਹੀਂ ਸੋਚਦੇ ਵੀ ਅਸੀਂ ਗੱਲ ਕਰਨ ਕਿਹਦੇ ਖਿਲਾਫ ਲੱਗੇ ਆ ਜਾਂ ਕਿਹਦੇ ਇੱਕ ਮਰੇ ਬੰਦੇ ਦੇ ਵੀ ਖਿਲਾਫ ਲੋਕੀ ਗੱਲਾਂ ਕਰੀ ਜਾਂਦੇ ਯਾਰ ਉਹ ਕੀ ਕਹਿੰਦੇ ਹੁੰਦੇ ਆ ਮਰ ਗਿਆ ਜਦੋਂ ਬੰਦਾ ਮਰ ਜਾਂਦਾ ਉਦੋਂ ਲੋਕ ਚੰਗਾ ਕਹਿੰਦੇ ਹੁਣ ਮਰ ਗਏ ਨੂੰ ਵੀ ਚੰਗਾ ਨਹੀਂ ਆਂਦੇ ਯਾਰ ਲੋਕ ਆ ਚਲੋ ਇੱਥੇ ਪਾਕਿਸਤਾਨ ਚ ਹੋਣ ਤੇ ਬੰਦਾ ਚਲੋ ਕਹਿ ਦਿੰਦਾ ਵੀ ਖਰਾਕਾਂ ਮਾੜੀਆਂ ਇੱਥੇ ਖਾਣਾ ਪੈਂਦਾ ਸਟੀਰਾਇਡ ਯਾਰ ਕਿੱਡੇ ਕਿੱਡੇ ਵੱਡੇ ਮਾਲ ਤੁਰ ਗਏ ਆ ਭਾਜੀ ਕਿੱਡੇ ਕਿੱਡੇ ਪਲੇਅਰ ਚਲ ਗਏ ਆ ਹਨਾ ਕੋਈ ਕਹਿੰਦਾ ਕਿਸੇ ਸ਼ੈ ਨਾਲ ਗਿਆ ਕੋਈ ਕਹਿੰਦਾ ਕਿਸੇ ਸ਼ੈ ਨਾਲ ਗਿਆ ਯਾਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਜਿੰਨੀ ਜ਼ਿੰਦਗੀ ਉਨੀ ਜੀਣੀ ਬੰਦੇ ਨੇ ਉਨੀ ਜੀਣੀ ਲਿਖੀ ਗਈ ਆ ਜ਼ਿੰਦਗੀ ਉਹਦੀ ਜਿੱਦਾਂ 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 ਉਹਨੇ ਜੀਣਾ ਆ ਜੋ ਜੋ ਉਹਨੇ ਕਰਨਾ ਆ ਤੇ ਜਿੱਦਾਂ ਉਹਦੀ ਮੌਤ ਆਣੀ ਆ ਸਹੀ ਇਦਾਂ ਹੀ ਆ ਜੀ ਇਦਾਂ ਹੀ ਇਦਾਂ ਹੀ ਤੇ ਫਿਰ ਬਹਾਨਾ ਹੀ ਬਣਨਾ ਹੁੰਦਾ ਭਾਈ ਕੋਈ ਹੈ ਕਿ ਨਹੀਂ ਰੱਬ ਨੇ ਆਪਣੇ ਸਿਰ ਨਹੀਂ ਨਾ ਇਲਜ਼ਾਮ ਲੈਣਾ ਇਹਦਾ ਫਿਰ ਬਹਾਨਾ ਹੀ ਬਣਨਾ ਆ ਤੇ ਓਦਾਂ ਕੀ ਗੱਲ ਭਾਜੀ ਓਦਾਂ ਮੌਤ ਨਹੀਂ ਹੁੰਦੀ ਕਿਸੇ ਨੂੰ ਜਾਓ ਹਸਪਤਾਲਾਂ 'ਚ ਕਿੰਨੇ ਲੋਕ ਮਰਦੇ ਰੋਜ਼ ਹੈਂ ਬਿਲਕੁਲ ਬਿਲਕੁਲ ਜਾਂ ਲੋਕੀ ਕਹਿੰਦੇ ਆ ਕਬੱਡੀ ਨਾਲ ਖੇਡੋ ਜਿਹਨਾਂ ਨੂੰ ਸ਼ੌਕ ਨਹੀਂ ਕਬੱਡੀ ਨਾਲ ਖੇਡੋ ਲੱਤ ਟੁੱਟ ਜੂ ਉਹਦਾ ਲੱਤਾਂ ਨਹੀਂ ਟੁੱਟਦੀਆਂ ਉਹਦਾ ਮੋਟਰਸਾਈਕਲਾਂ ਤੋਂ ਡੇਕ ਕੇ ਲੱਤਾਂ ਟੁੱਟ ਜਾਂਦੀਆਂ ਜਾਂ ਜਿੱਦਾਂ ਵੀ ਨਿਜ਼ਾਮ ਬਣਦਾ ਮੁਕੱਦਰਾਂ ਦੀ ਜਿਹੜੀ ਸੱਟ ਆ ਉਹ ਲੱਗ ਜਾਂਦੀ ਉਹੀ ਤਾਂ ਗੱਲ ਮੈਂ ਕਰਦਾ ਵੀ ਚਲੋ ਵੀ ਜੇ ਹੁਣ ਇੱਕ ਬੰਦਾ ਕਬੱਡੀ ਖੇਡਦਾ ਭਾਜੀ ਉਹ ਟੀਕਾ ਗੋਲੀ ਵੀ ਕਰਦਾ ਮਜਬੂਰੀ ਬਣ ਗਈ ਆ ਹੁਣ ਕਿਹੜੀ ਸ਼ੈ ਨੂੰ ਸਟੀਰਾਇਡ ਨਹੀਂ ਲੱਗਦਾ ਕਿਉਂ ਭਾਜੀ ਕਿਹੜੀ ਸ਼ੈ ਨੂੰ ਸਟੀਰਾਇਡ ਨਹੀਂ ਲੱਗਣ ਡਿਆ ਉਹ ਦੱਸੋ ਸਬਜ਼ੀਆਂ ਜਿਹੜੀਆਂ ਅਸੀਂ ਖਾਣ ਡਏ ਉਹ ਵੀ ਇਸੇ ਸ਼ੈ ਦੀਆਂ ਹੀ ਆ ਜਿਹੜੀ ਸ਼ੈ ਜਿਹੜਾ ਫਰੂਟ ਆ ਚੌਰ ਸਾਹਿਬ ਮੱਝ ਨੂੰ ਟੀਕਾ ਲਾ ਕੇ ਝੋਲਦੇ ਮੱਝ ਨੇ ਕਿ ਦੁਸਰ ਪਾਈ ਹੁੰਦੀ ਆ ਉਹਨੂੰ ਟੀਕਾ ਲਾ ਕੇ ਝੋਲਦੇ ਉਹ ਸਟੀਰਾਇਡ ਨਹੀਂ ਸਾਡੇ ਵਾਲਾ ਜਾਂਦਾ ਸਭ ਭੱਜ ਕੇ ਸਾਰੇ ਹੀ ਇਹ ਟੀਕੇ ਲਾਉਂਦੇ ਆ ਜੀ ਐ ਵੀ ਹੁਣ ਗੱਲਾਂ ਬਾਤਾਂ ਹੀ ਬਣੀਆਂ ਭਾਜੀ ਸਟੀਰਾਇਡ ਦਾ ਹਰ ਸ਼ਹਿਰ ਨੂੰ ਲੱਗਣ ਡਿਆ ਆ ਲਾਈ ਜਾਂਦੇ ਆ ਫਰੂਟ ਨੂੰ ਲੱਗਣ ਡਿਆ ਸਬਜ਼ੀਆਂ ਨੂੰ ਲੱਗਣ ਡਿਆ ਸਪਰੇਵਾਂ ਹੋਣ ਡੀਆਂ ਫਸਲਾਂ ਨੂੰ ਕਿਹੜੀ ਸ਼ਹਿ ਅਸੀਂ ਅਸਲ ਖਾਣ ਡਏ ਹਾਂ ਬਾਕੀ ਆਵਾਮ ਨੂੰ ਤੇ ਕਬੱਡੀ ਪ੍ਰੇਮੀਆਂ ਨੂੰ ਹੱਥ ਜੋੜ ਕੇ ਭਾਈ ਇਹ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਮੇਰੇ ਭਰਾ ਯਾਰ ਕੋਈ ਵੀ ਪਲੇਅਰ ਜਾਂ ਜਿੱਦਾਂ ਦਾ ਵੀ ਕੋਈ ਨੁਕਸਾਨ ਕਿਸੇ ਲੈਵਲ ਜਾਂ ਅੱਛਾ ਸੋਰੀ ਸਪੋਰਟਸਮੈਨ ਜਿਹੜਾ ਵੀ ਆ ਕੋਈ ਫੌਤ ਹੋ ਜਾਂਦਾ ਨਾ ਉਹਦੇ ਵਾਸਤੇ ਦੁਆ ਕੀਤਾ ਕਰੋ ਯਾਰ ਬਾਅਦ 'ਚ ਨਾ ਜਿਹੜੇ ਨਿਜ਼ਾਮ ਆ ਨਾ ਕਿ ਜਦੋਂ ਇਹ ਗੱਲਾਂ ਉਹਦੇ ਘਰ ਤੱਕ ਪਹੁੰਚਦੀਆਂ ਨਾ ਬਾਈ ਉਹਨਾਂ ਨੂੰ ਬਹੁਤ ਦੁੱਖ ਲੱਗਦਾ ਯਾਰ ਹੌਲੀ ਹੌਲੀ ਇਹ ਗੱਲਾਂ ਉੱਠਣ ਲੱਗ ਪੈਂਦੀਆਂ ਜਦੋਂ ਵਾਪਸੀ ਇਹ ਗੱਲਾਂ ਉਹਦੇ ਘਰ ਤੱਕ ਪਹੁੰਚ ਜਾਣਾ ਵੀ ਹਾਂ ਤੁਹਾਡਾ ਮੁੰਡਾ ਇੰਜ ਹੋਇਆ ਇੱਦਾਂ ਫੌਤ ਹੋਇਆ ਸਟੀਰਾਇਡ ਦੀ ਵਜ੍ਹਾ ਨਾਲ ਤੇ ਯਾਰ ਉਹਨਾਂ ਵਾਸਤੇ ਫਿਰ ਉਹ ਜ਼ਖਮ ਫਿਰ ਤਾਜ਼ਾ ਹੋ ਜਾਂਦਾ ਤੇ ਮੈਂ ਸਾਰਿਆਂ ਭਰਾਵਾਂ ਅੱਗੇ ਅਪੀਲ ਕਰਦਾ ਹੱਥ ਜੋੜ ਕੇ ਕਿ ਮਿੰਨਤ ਵਾਲੀ ਗੱਲ ਆ ਯਾਰ ਇੱਦਾਂ ਦੀ ਗੱਲ ਨਾ ਕਰਿਓ ਜੇ ਦੁਆ ਨਹੀਂ ਦੇ ਸਕਦੇ ਤਾਂ ਚੁੱਪ ਹੀ ਰਹਿ ਲਿਆ ਕਰੋ ਯਾਰ ਥੈਂਕ ਯੂ ਠੀਕ ਆ ਭਾਜੀ ਅੱਲਾ ਦੀ ਸਪੁਰਦ ਅੱਲਾ ਪਾਕ ਸਾਰਿਆਂ ਨੂੰ ਸਲਾਮਤ ਰੱਖੇ ਬਾਕੀ ਦੇਖਣ ਡਿਆ ਕਿ ਯੂਟਿਊਬ ਤੇ ਲੋਕ ਬਹੁਤ ਪਿਆਰ ਕਰਨ ਵਾਲੇ ਬੈਠੇ ਸਾਡੇ ਭਰਾ ਮੇਰੇ ਵੱਲੋਂ ਟਰੱਕ ਭਰ ਕੇ ਲਾਓ ਜੀ ਸਾਰਿਆਂ ਨੂੰ ਅੱਲਾ ਪਾਕ ਸਾਰਿਆਂ ਨੂੰ ਸਲਾਮਤ ਰੱਖੇ ਅੱਜ ਦੀ ਵੀਡੀਓ ਇਸ ਤੱਕ ਹੀ ਸੀ ਤੇ ਇਨਸ਼ਾਅੱਲਾ ਕੱਲ ਨੂੰ ਫਿਰ ਸਾਰਿਆਂ ਦੇ ਮਹਿਮਾਨ ਬਣ ਕੇ ਮਹਿਮਾਨ ਖੁਸ਼ੀ ਬਣ ਕੇ ਮਿਲਾਂਗੇ ਇਨਸ਼ਾਅੱਲਾ ਲਵ ਯੂ ਥੈਂਕ ਯੂ